Happy birthday. ਸਤਿ ਸ਼੍ਰੀ ਅਕਾਲ, ਕੀ ਹਾਲ ਆ ਸਾਰਿਆਂ ਯੂਟਿਊਬ ਵਾਲਿਓ। ਬਹੁਤ ਟਾਈਮ ਬਾਅਦ ਆਇਆ ਜੀ, ਮੈਨੂੰ ਪਤਾ। ਅੱਜ ਹੈਗਾ ਅਗਮ ਵੀਰੇ ਦਾ ਜਨਮ ਦਿਨ, ਅਤੇ ਰਿਤਮਦੀਪ ਦਾ ਮੈਨੂੰ ਫੋਨ ਆਇਆ ਸੀਗਾ, ਅਤੇ ਉਹ ਕਹਿੰਦੇ ਵੀ ਉਹਨਾਂ ਲਈ ਕੇਕ ਲੈ ਜੀ, ਅਤੇ ਜਸਟ ਹੁਣੀ ਕੇਕ ਲੈ ਕੇ ਆਇਆ ਵਾ, ਅਤੇ ਅਗਮ ਵੀਰੇ ਦਾ ਜਨਮ ਦਿਨ ਮਨਾਉਣ ਚੱਲੇ ਹਾਂ। ਕਾਫੀ ਟਾਈਮ ਬਾਅਦ ਵਲੋਗ ਆ ਰਿਹਾ ਵਾ, ਥੋੜ੍ਹੇ ਕੰਮਾਂ ਕਾਰਾਂ 'ਚ ਬਿਜ਼ੀ ਰਹੇ ਹਾਂ, ਅਤੇ ਬਾਕੀ ਕੁਆਲਿਟੀ ਵੀ ਤੁਹਾਨੂੰ ਇੰਪਰੂਵ ਹੋਈ ਲੱਗੂਗੀ ਉਹ ਫੋਨ ਨਵਾਂ ਲਿਆ ਕਰਕੇ। ਅਤੇ ਜਸਟ ਹੁਣੀ ਕੇਕ ਲੈ ਕੇ ਬਾਹਰ ਨਿਕਲਿਆ ਵਾ, ਅਤੇ ਬਸ ਹੀ ਵੇਟ ਕਰ ਰਿਹਾ, ਜੋ ਆਊਗੇ ਉਦੋਂ ਚਾਹਵਾਂਗੇ। ਇੰਨਾ ਕੁ ਸਮਾਨ ਲਿਆ ਵਾ ਵੀਰੇ ਦੇ ਬਰਥਡੇ ਲਈ, ਅਤੇ ਵੀਰੇ ਨੂੰ ਕਿਹਾ ਵਾ ਵੀ ਰਿਤਮਦੀਪ ਦਾ ਥੋੜ੍ਹਾ ਜਿਹਾ ਸਮਾਨ ਮੇਰੇ ਕੋਲ, ਉਹ ਫੜਾ ਕੇ ਜਾਣਾ ਵਾ, ਅਤੇ ਬਸ ਬੱਸ ਸਟੋਪ 'ਤੇ ਬੈਠਾ ਵੇਟ ਕਰਨ ਲੱਗਿਆ ਹੋਇਆ। ਲਓ ਜੀ, ਵੀਰੇ ਉਹਨਾਂ ਦੇ ਇਲਾਕੇ 'ਚ ਆ ਚੁੱਕੇ ਹਾਂ। ਬਹੁਤ ਹੀ ਮੁਸ਼ਕਲ ਆ ਕੇਕ ਵਗੈਰਾ ਲੈ ਕੇ, ਵੀਰੇ ਉਹਨਾਂ ਦੇ ਇਲਾਕੇ 'ਚ ਪਹੁੰਚ ਗਏ। ਜਸਟ ਹੁਣ ਥੋੜ੍ਹਾ ਜਿਹਾ ਦੂਰ ਆ ਇੱਥੋਂ, ਵਾਕਿੰਗ ਡਿਸਟੈਂਸ। ਦੇਖਦੇ ਹਾਂ ਰਿਐਕਸ਼ਨ ਕੀ ਹੁੰਦਾ ਉਹਨਾਂ ਦਾ। ਵੈਸੇ ਮੈਂ ਉਹਨਾਂ ਨੂੰ ਸਿਰਫ ਇੰਨਾ ਕਿਹਾ ਸੀਗਾ ਵੀ ਮੈਂ ਆ ਰਿਹਾ ਵਾ ਦੀਦੀ ਦਾ ਸਮਾਨ ਲੈ ਕੇ, ਆਏ ਕੁਛ ਵੀ ਨਹੀਂ ਦੱਸਿਆ, ਜਸਟ ਬਰਥਡੇ ਵਿਸ਼ ਕੀਤਾ, ਅਤੇ ਮੈਂ ਕੁਛ ਵੀ ਨਹੀਂ ਦੱਸਿਆ ਵੀ ਕੇਕ ਵਗੈਰਾ ਲੈ ਕੇ ਆ ਰਿਹਾ। ਜਾ ਕੇ ਦੇਖਦੇ ਹਾਂ ਕੀ ਰਿਐਕਸ਼ਨ ਹੁੰਦਾ ਉਹਨਾਂ ਦਾ। ਉਹ ਜਿੱਥੇ ਰੈੱਡ ਮੁਸਟੈਂਕ ਖੜ੍ਹੀ ਹੈ ਉੱਥੇ ਜਾਣਾ ਆਪਾਂ, ਰੈੱਡ ਮੁਸਟੈਂਕ। ਲੈਟਸ ਗੋ। Hello, how are you? Hello, hello brother. Kaise ho? All good. Happy birthday to you. Tha lag gaya si pata? Nahi nahi. Mila to lag nahi raha tu aa gaya. Asta pe. Solve it. Okay. Break. Veera sutta pe. Uth ja. Phone de mere cute. ਨਹੀਂ, ਪਹਿਲਾਂ ਮੇਰੀ ਗੱਲ ਸੁਣੋ। ਮੈਂ ਸਰਪ੍ਰਾਈਜ਼ ਲੈ ਕੇ ਆਇਆ, ਤੁਸੀਂ ਸ਼ੌਕਿੰਗ ਰਿਐਕਸ਼ਨ ਦੇ ਦਿੱਤਾ। ਆਈ ਵਾਸ ਵੇਟਿੰਗ ਫਾਰ ਯੋਰ ਰਿਐਕਸ਼ਨ। ਮੈਂ ਕਦੇ ਸ਼ੌਕਿੰਗ ਰਿਐਕਸ਼ਨ ਨਹੀਂ ਦਿੰਦਾ ਐਕਚੁਅਲੀ। ਓਕੇ, ਅੰਦਰੋਂ ਅੰਦਰ ਹੀ ਹੋ ਜਾਂਦਾ ਬਸ। ਓਕੇ, ਬਾਹਰ ਨਹੀਂ ਆਉਂਦਾ। ਵੀਰ ਜੀ, ਤੁਹਾਡੀ ਕਈ ਡਿਮਾਂਡ ਪੂਰੀ ਕਰਤੀ? ਕਰਦੀ ਪਾਤੇ ਕਰ ਹੈ। ਆਈ ਫੋਰ ਹਮ ਸੱਚ ਕੰਗ੍ਰੈਚੁਲੇਸ਼ਨ। ਥੈਂਕ ਯੂ ਥੈਂਕ ਯੂ ਥੈਂਕ ਯੂ। ਸੈਟ ਲਿਆ ਸੀਗਾ ਇਹਦੇ ਨਾਲ ਹੀ, $100 ਦਾ ਸੀਗਾ, ਵਿੱਚ ਹੀ ਕਵਰ, ਗਲਾਸ ਤੇ ਮੈਗ ਸੇਫ ਚਾਰਜਰ। ਪੈਸਾ ਪੈਸਾ ਕਿੰਨੇ ਦਾ ਪਿਆ ਸਰ? ਬੈਲ ਵਾਲਿਆਂ ਦੇ ਲਿਆ ਵਾ ਲੀਸ ਤੇ, ਲੀਸ ਤੇ $110। ਉਹ ਲਾਸਟ ਤੇ $500 ਦੇਣਾ ਵਾ। ਹਾਂ, ਲਾਸਟ ਤੇ $500 $110 ਨੂੰ ਪਿਆ। ਸਰ ਕੀ ਕਰ ਰਹੇ ਹੋ? ਨਹੀਂ ਟਲੇ ਉਹ, ਨਹੀਂ ਇਹਦੇ ਨਾ ਰਿਫਰੈਂਟ ਕੈਮਰੇ ਤੋਂ ਸਕ੍ਰੈਚ ਪੈ ਗਏ ਸੀਗੇ, ਉਹ ਕਲੀਅਰ ਨਹੀਂ ਸੀ ਆਉਂਦਾ। ਆਹ ਕਿਹਨੇ ਲੈ ਕੇ ਰੱਖਿਆ ਬੈਗ? ਬਿੱਲ ਉਹ ਕਰਕੇ ਰਾਤ ਮਿਲੇ ਨਮਸਕਾਰ। ਓਕੇ ਸਰ, ਸੌਰੀ ਰਾਤ ਨਹੀਂ ਵਿਸ਼ ਕੀਤਾ, ਮੈਂ ਨਾਈਟ ਸ਼ਿਫਟ ਤੇ ਸੀ। ਮੈਂ ਨਾਈਟ ਸ਼ਿਫਟ ਤੇ ਸੀ। ਮੇਰਾ ਕੰਪੈਰੀਜ਼ਨ ਕਰ ਰਿਹਾ ਵਾ ਫੋਨ ਦਾ ਕੈਮਰਾ। ਨਹੀਂ ਸਰ, ਦਾਣੇ ਦੇਖ ਰਿਹਾ ਮੈਂ ਆਪਦੇ, ਕਵਰ ਤੋੜ ਚੁੱਕੇ ਕਾਂਡ ਕਰਤਾ।
ਸਾਈਕਲ ਚਲਾਣਾ ਉਹ ਨਹੀਂ ਹੈ ਤਾਂ ਕਿਹੜਾ ਇਲੈਕਟ੍ਰਿਕ ਨਾ ਨਾਰਮਲ ਲਿਆ ਗੜੀ ਮਾਰ ਦੇ ਜਿਹੜਾ ਮਰਜ਼ੀ ਚੱਕ ਲੈ ਚਲਾ ਲੈ ਉਹ ਵਾਹ ਲਿਆਂਦੇ ਆ ਓਏ ਦੇਖ ਗਰਾਜ ਦੇ ਵਿੱਚ ਖੜੇ ਆ ਓਕੇ ਸਾਡ ਬਾਅਦ ਚ ਚਲਾਵਾਂਗੇ ਸਵੇਰ ਦੇਖੀ ਸੀ ਫਲਰੀ ਪੈਂਦੀ ਹੈ ਹਾਂ ਦੇਖੀ ਸੀ ਮੈਂ ਉਦੋਂ ਹੀ ਨਾਈਟ ਸ਼ਿਫਟ ਤੋਂ ਘਰੇ ਆਇਆ ਵਾਂ वाओ हैप्पी बर्थडे वाले च गिफ्ट की मिलया छतरी वो भी पिंक कलर हां गिफ्ट आ भी सी ते एक वॉच गिफ्ट की और जी शॉप दी देख तू छतरी की मिली ओके हां ए मेरे लोडमन चीजा गिफ्ट आईया सर पार्टी पॉपर थैंक यू ओके बाय सर ओहो स्पार्कलिंग वाली इतनी बड़ी गिफ्ट ले लिया आप कहां लोगे क्या कहना क्या चाहते हो कुछ नहीं सेंसर इट सर एदे ते आप नाम लिखना पड़ा मेरी हैंडराइटिंग बहुत गंदी सी मैं ता नहीं लिखया ओके मैंने रिदम दी दी कॉल आई ओके मैंने गंदे अरुण का बर्थडे है मैं कह कोई नहीं दीदी भी लिखाऊंगा मैं देखा कोई चक्कर नहीं का मैं टच चले ने नाल गया सीगा कन्वीनियंस स्टोर पे मैं टच चले ने मेरे हथों आप डेक बंद होने लग्या वा ओदी कोई गलती नहीं बीरे दी लो सर इन्ना हैप्पी बर्थडे लिख लियो ओके मेरा मेरी हैंडराइटिंग बहुत गंदी है नहीं मैं उठे लिख देना अच्छा नाल ही कर देंगे ओके अच्छा होने लिखना देख लो हर तो दिन चढ़े रात में तो कहने जो दिक्कत तो मिल रही थी उसके तू फिर रात में नाइट शिफ्ट पे आना नहीं आज नहीं फ्री है हां फिर तो तू आ सकता है हां हां कोई चक्कर नहीं फिर तो आप इकट्ठे काट लेने शाम कितना लगा केक जरूर बढ़िया बहुत बढ़िया केक बढ़िया है इन फ्रिज में रख दो फिर कर लो ये जो टाइम ते आके ना चाहे एक सेकंड भी लेट हो जाए फिर लेट ही गिनते हैं पटू ने 12 बजे की ड्यू सी 11:55 की ड्यू पाई पई ओ 11 सेकंड लेट हो गई चल इन्ना तो चलता वा उन्होंने मैं कहता सी मास्टर मैं क्या भी है ना सर भी 11:55 की ड्यू पाई हुई सी मैं तो हम 12 के हिसाब न कर रहा सी कर लोगे कर लोगे अज ड्यू डेट है ना ना 18 नु है ओके 18 मैं लग रहा सी पहले 15 नु है पिछले 10 दिन तक मेनू रोज मैसेज आता है कहंदे व्हेन विल यू सबमिट योर आंसर साडी क्विज क्लास दे विच फर्स्ट क्विज मैथ दी जस्ट गेटिंग पीरियड अनबॉक्सिंग हो रही है केक दी है पेपर आ बसन तो खोलता लेट्स सी कितना का केक है ओह माय गॉड आई कैन बीट दी अगम मेरे ने इतने सोफे पे बैठा अगम अगम दी रहा है कहना पैंदा आहो मतलब वो तो भी जूनियर हैगा कोई भाई ब्लॉग कर रहा है भाई ब्लॉग कर रहा है हां मेरा ही चल रहा है पीछे ब्लॉग वाला ओए आ गई है भाई थोड़ी आ खान वाली स्ट्रॉबेरी वो है क्या मोमबत्तियां हैगी है हैगी
ਸਪਾਰਕਰ ਵਾਲੀ ਆ ਲਾ ਦੋ ਜਿੱਥੇ ਜਿੱਥੇ ਲਾਉਣੀ ਹੈ ਕੋਈ ਚੱਕਰ ਨੀ ਆਉਣ ਦੇ ਫਿਰ ਗਾਣਾ ਨਹੀਂ ਨਹੀਂ ਸਹੀ ਹੈ ਆਈ ਲੱਗਣਾ ਲਿਓ ਮੱਚ ਹੈ ਨਾ ਹੈਪੀ ਬਰਥਡੇ ਅਗਰ ਮੇਰੇ ਬੈਠੇ ਤੁਸੀਂ ਹੈਪੀਐਸਟ ਬਰਥਡੇ ਬ੍ਰੋ ਬਜਾਣੇ ਜੀ ਨੂੰ ਕਿਵੇਂ ਜੋ ਹੈਪੀ ਬਰਥਡੇ ਬ੍ਰੋ ਫੋਟੋ ਬਹੁਤ ਸੋਹਣੀ ਆਈ ਹੈ ਤੁਹਾਡੀ ਕੀ ਗੱਲ ਦੇਖੀ ਪ੍ਰਿਓਰਟੀ ਸੀ ਭਾਈ ਅਗਰ ਮੀਰ ਮੀਰ ਜੀ ਵਿਕਟਰੀ ਸਾਈਨ ਮੈਂ ਕਿਹਾ ਹੁਣ ਤਾਂ ਜ਼ਿਆਦਾ ਗਲੋ ਕਰੂ ਫੇਸ ਕਰੀਮ ਲੱਗੀ ਕਰਕੇ ਬਾਲਾਂ ਚ ਵੀ ਹੈ ਗੰਭੀਰੇ ਨਾਲ ਦੀ ਨਾਲ ਸੈਟਅਪ ਚੇਂਜ ਫੋਟੋ ਕਰਾ ਲੈਣੀ ਸੀ ਯਾਰ ਕੇਕ ਰੱਖ ਕੇ ਮੂਹਰੇ ਇਕੱਠਿਆਂ ਨੇ ਕਰ ਲਈ ਸੀ ਐਕਸਚੇਂਜ ਸੈਕਿੰਡ ਤਾਂ ਮਿਲ ਗਈ ਸੀਗੀ ਫਸਟ ਐਕਸਚੇਂਜ ਕਰ ਲਈ ਸੀ ਨੈਕਸਟ ਵਲੌਗ ਦੇਖ ਕੇ ਚੱਲੇ ओके ब्रो लाओ शिफ्ट बाय बाय अच्छा तुझ तो हैगे हो हाँ पाई तू बॉलिंग मैंने जस्ट कॉल ਉਹ ਚੱਗੇ ਹਵਾ ਘੱਟ ਆ ਹੋਰ ਨਾ ਕੱਢੋ ਕਿੱਦਾਂ ਦਾ ਫੀਲ ਹੋ ਰਿਹਾ ਸਪੈਸ਼ਲ ਤੁਹਾਡੇ ਆਉਣ ਤੋਂ 5 ਮਿੰਟ ਪਹਿਲਾਂ ਹੋਇਆ ਧੁੱਪ ਨਿਕਲੇ ਧੁੱਪ ਨਿਕਲੇ ਹੁਣ ਤਾਂ ਕਹਿਰ ਬ੍ਰੋ ਓਕੇ ਬ੍ਰੋ ਬਾਏ ਬਾਏ ਮਾਈਂਡ ਟਰੂ ਲਵ ਯੈਸ ਡ੍ਰਿੰਕ ਆ
ड्रीम कार V8 इंजन V8 और V6 एनी V6 ये V6 है V8 तो रखो एटलीस्ट ये V6 है V8 है ये V6 है ओके V8 तो थोड़ी ऊपर लेवल दी आएगी या निसान दी GTR ओ मैन भाई यार क्या कह रहा हूं गड्डी एक भी गलत पे जा रही है शूज शूज एडिडास प्रो चलिए आई लव इट हां चल सही पे सेट करके रखने वाले और कुछ नहीं यार एक सही रहूंगा कर दें टीवी साफ सुफ कर लाने कपड़े चेंज करके आने पैना इस काम लिए हो गया मैंने चलो चलिए देखें है नहीं बचे ना खास।